ਚੰਨ ਵੇ ਕੇ ਸ਼ੌਂਕਣ ਮੇਲੇ ਦੀ ਅਸਲ ਵਿੱਚ ਇਹ ਗਾਣਾ ਗਾਇਆ ਸੁਰਿੰਦਰ ਕੌਰ ਨੇ ਤੇ ਹੁਣ ਦੇਖੋ ਇਹ ਵੀਡੀਓ ਜਿਸ ਵਿੱਚ ਨੂਰਾ ਸਿਸਟਰਸ ਨੇ ਇਸ ਗਾਣੇ ਨੂੰ ਲਾਈਵ ਸ਼ੋਅ ਦੇ ਵਿੱਚ ਗਾਇਆ ਹੋਏ ਹੋਏ ਕਿ ਸ਼ੌਂਕਣ ਮੇਲੇ ਦੀ ਚੰਨਵੇ ਹੋ ਚੰਨਵੇ ਕਿ ਸ਼ੌਂਕਣ ਮੇਲੇ ਦੀ ਚੰਨਵੇ ਹੋ ਚੰਨਵੇ ਕਿ ਸ਼ੌਂਕਣ ਮੇਲੇ ਦੀ ਦਰ ਕੋ ਕੇ ਚਾਂਜਰਾ ਪੌਂਦੀ ਮੇਲੇ ਦੀ ਆਉਂਦੀ ਕਿ ਸ਼ੌਂਕਣ ਹੋਏ ਕਿ ਸ਼ੌਂਕਣ 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 ਮੇਲੇ ਦੀ ਚੰਨਵੇ ਹੋ ਚੰਨਵੇ ਕਿ ਸ਼ੌਂਕਣ ਮੇਲੇ ਦੀ ਚੰਨਵੇ ਤੇ ਹੁਣ ਇਹ ਅਗਲੀ ਵੀਡੀਓ ਜਿੱਥੇ ਜਸਵਿੰਦਰ ਬਰਾੜ ਨੂਰਾ ਸਿਸਟਰਸ ਨੂੰ ਕਾਪੀ ਕਰਦੀ ਹੋਈ ਇਸ ਗਾਣੇ ਨੂੰ ਗਾ ਰਹੀ ਤੇ ਦੇਖੋ ਜਸਵਿੰਦਰ ਬਰਾੜ ਨੇ ਨੂਰਾ ਸਿਸਟਰਸ ਦੇ ਅੰਦਾਜ਼ ਵਿੱਚ ਇਸ ਗਾਣੇ ਨੂੰ ਕਿੱਦਾਂ ਗਾਇਆ ਤੇ ਮੈਂ YouTube ਤੇ ਦੇਖੀ ਜਾਵਾਂ ਸਾਡੇ ਨੂਰਾ ਭੈਣ ਜੀ ਜੋ ਤੇ ਨੂਰਾ ਭੈਣ ਜੀ ਬਾਲੀਵੁੱਡ ਦੇ ਸਟਾਰ ਬਣ ਚੁੱਕੇ ਨੇ ਉਹਨਾਂ ਦੇ ਤਾਂ ਮੈਂ ਨੇੜੇ ਤੇੜੇ ਵੀ ਨਹੀਂ ਐਸੀ ਗਾਇਕੀ ਉਹਨਾਂ ਦੀ ਤੇ ਕਿਸੇ ਨੇ ਨਾ ਉਹਨਾਂ ਨੂੰ ਫਰਮਾਇਸ਼ ਕਰਤੀ ਕਿਹੜਾ ਸੀ ਜੀ ਉਹ ਗਾਣਾ ਕਿਹੜਾ ਸੀ ਜੀ ਉਹ ਸੁਰਿੰਦਰ ਕੌਰ ਜੀ ਦਾ ਗਾਣਾ ਸੀਗਾ ਜੀ ਆਏ ਹਾਏ ਕਿ ਸ਼ੌਂਕਣ ਮੇਲੇ ਦੀ ਕਹਿੰਦੇ ਜੀ ਉਹ ਸੁਣਾ ਦੋ ਹੁਣ ਤੁਹਾਨੂੰ ਪਤਾ ਫੋਰਮ ਦੇ ਟੂਰ ਆ ਉੱਥੋਂ ਵਿੱਚੋਂ ਉੱਠ ਕੇ ਕਿਸੇ ਨੇ ਕਹਿਤਾ ਵੀ ਜੀ ਆਹ ਗਾਣਾ ਸੁਣਾ ਦੋ ਹੁਣ ਜੋਤੀ ਨੂਰਾ ਭੈਣ ਜੀ ਦੀ ਲਿਵ ਲੱਗੀ ਹੋਈ ਸੀ ਤੇ ਜਦੋਂ ਵਿੱਚ ਇਹ ਗਾਣੇ ਦੀ ਫਰਮਾਇਸ਼ ਆ ਗਈ ਤੇ ਫਰਮਾਇਸ਼ ਵੀ ਹੁਣ ਪੂਰੀ ਕਰਨੀ ਹੁੰਦੀ ਹੈ ਜੀ ਕਲਾਕਾਰ ਦਾ ਫਰਜ਼ ਬਣਦਾ ਤੇ ਉਹ ਕਹਿੰਦੇ ਜੀ ਵੀ ਪੂਰਾ ਗਾਣਾ ਤਾਂ ਯਾਦ ਨਹੀਂ ਵੀ ਜਿੰਨਾ ਕੁ ਗਾਣਾ ਹੈਗਾ ਤਾਂ ਜੀ ਵੀਡੀਓ ਨਾ ਬਣਾਇਓ ਨਾ ਮੇਰਾ ਭਾਈ ਸੌ ਲੱਗੇ ਤੁਹਾਨੂੰ ਪੀਰ ਬਾਬਾ ਦੀ ਜੇ ਵੀਡੀਓ ਬਣਾਓ ਤੁਸੀਂ ਸੂਫੀ ਗਾਇਕੀ ਚੋਂ ਖੋਭੇ ਹੋਏ ਤੇ ਫਰਮਾਇਸ਼ ਮੂਹਰੋਂ ਆ ਗਈ ਕਿ ਆਏ ਹਾਏ ਕਿ ਸ਼ੌਂਕਣ ਮੇਲੇ ਦੀ ਤੇ ਮਾੜੀ ਢੋਲਕੀ ਵਜਾ ਦੀ ਰਿੰਕੂ ਗਾਣਾ ਕਿੱਥੇ ਉਹਨਾਂ ਦੀ ਕਿੱਥੇ ਲਿਵ ਲੱਗੀ ਤੇ ਗਾਣਾ ਕਿਹੜਾ ਵਿੱਚ ਆ ਗਿਆ ਤੇ ਇੱਕ ਜੋਤੀ ਭੈਣ ਜੀ ਦੇ ਵਾਲ ਵੂਲ ਖੁੱਲੇ ਪਏ ਪੂਰੇ ਜਦੋਂ ਮਸਤ ਹੋ ਜਾਂਦੇ ਆ ਨਾ ਉਹਨਾਂ ਦੇ ਵਾਲ ਮੇਰੇ ਮੂੰਹ ਪਤਾ ਨਹੀਂ ਲੱਗਦਾ ਵੀ ਕਿਹੜੇ ਵਾਲ ਕਿੱਥੇ ਗਏ ਬਿੰਦੀ ਕਿੱਥੇ ਗਈ ਸੁਰਖੀ ਕਿੱਥੇ ਗਈ ਉਹ ਪੂਰੇ ਖੁੱਭ ਜਾਂਦੇ ਨੇ ਗਾਇਕੀ 'ਚ ਤੇ ਉਹਨਾਂ ਨੇ ਇਹ ਯੂਟਿਊਬ ਤੇ ਕੱਢ ਕੇ ਵੀ ਦੇਖ ਸਕਦੇ ਹੋ ਤੇ ਜਦੋਂ ਉਹਨਾਂ ਨੂੰ ਗਾਣੇ ਦੀ ਫਰਮਾਇਸ਼ ਆਈ ਉਹਨਾਂ ਨੂੰ ਗੁੱਸਾ ਤਾਂ ਅੰਦਰੋਂ ਆਇਆ ਹੋਣਾ ਵੀ ਕਿੱਥੇ ਲਿਵ ਲੱਗੀ ਪਈ ਸੀ ਤੇ ਉਹਨਾਂ ਨੇ ਗਾਣਾ ਉਹ ਪਤਾ ਕਿਵੇਂ ਗਾਇਆ ਆਏ ਹਾਏ ਕਿ ਸ਼ੰਕਰ ਆਏ ਹਾਏ ਕਿ ਸ਼ੰਕਰ ਸਹੀ ਮਰਾਸੀ ਤਮਾਏ ਆ ਬਲੋਰੀਓ ਭਾਜੀ ਤੁਸੀਂ ਮਰਵਾਓਗੇ ਕਿਸੇ ਦਿਨ ਮੈਨੂੰ ਐ